देखने वाले आए। अच्छा अकबर जो गए। हेलो है भी पागल नहीं है। हेलो हेलो बाबा जी वो हमें बताया कि पुजारो की कलो तू है। ये आप गेट के बाहर जाएंगे ना तो गैराज है, गैराज के बाहर जो दो गाड़ियां खड़ी है ना वो आपने नहीं देखनी, जो गैराज के अंदर है ना वो देखनी है। यानी कि जो दो गाड़ियां बाहर खड़ा है वो सुने तक ने। हां केरा गाड़ी है वो तो अंकल भाईजान साथ नहीं आए आपके? अब क्या होने आया पुत्र, बाहर गाड़ी में बैठा है। मैं सोचा कि पहले मैं आऊंगा फिर उन्हें बुला लेंगे। वैसे भी हम
ਨਹੀਂ ਕੂਣ ਸਕੂਤ ਚਲਾਣ ਆ ਪੁੱਤਰ ਜੀ ਇਹਦੇ ਤੇ ਹੋਰ ਵੀ ਨਾਮ ਆਏ ਨੇ ਕਿਆ ਬਕਵਾਸ ਹੈ ਬ੍ਰਦਰ ਕਾਉਂਡਰ ਆ ਫਿਟਾ ਨੂੰ ਤੇਰਾ ਸਾਰੀ ਥੁਕਾ ਮੇਰੇ ਮੂੰਹ ਤੇ ਸੜ ਦਿੱਤੀ ਭਾਈ ਜਾਨ ਇਹ ਤੁਕ ਨਹੀਂ ਇਹ ਸ਼ਬਨਮ ਕਾ ਕਤਰੂ ਹੈ ਫਿਟਾ ਮੂੰਹ ਤੇਰਾ ਨਾ ਤੁਹਾਡੀਆਂ ਗੱਲਾਂ ਚੰਗੀਆਂ ਨਾ ਤੁਹਾਡੀਆਂ ਫਿਲਮਾਂ ਚੰਗੀਆਂ
ऐ लोक चिमड़ गई ना लोक दी फिरेगी कितना प्यार करनी मैं कितना दिते मैं भी तेरे कितना इश्क करना किते कर? इश्क बागले तू सानू लिफ्ट नहीं करांदी लिफ्ट की नहीं करवांदी मैं तो मां ना गल नहीं कर रही अच्छा सच्ची हां जिन्ने मेरी गल सुन हां मां के सामने कपड़े नहीं पाने मां के सामने ला दिया तुसी अपने मतलब काट लिया शुक्र है मेरा व्याह हो जाएगा नमक ना मंगाओ
ਸਾਡੇ ਕੋਲ ਮੂਲੀਆਂ ਦਾ ਲੂਣ ਹੈ ਲੈ ਜਾ ਮਾਂ ਤੇਰੀ ਨੂੰ ਬਦ ਹਜ਼ਮੀ ਹੋਈ ਰਹਿੰਦੀ ਹੈ ਐਸਾ ਲੜਦੀ ਹੈ ਪਹਿਲੇ ਬਿਸਤੀ ਕਰਦਾ ਫਿਰ ਲਾਣ ਲੱਗ ਪੈਂਦਾ ਵਿੱਚ बाहर आ जाएगी और मेरे सारे कपड़े गंदे कर देगी और गंदे कपड़े मैं धोती हूँ मैं पजामा हूँ पजामा नहीं तू बच्चे का लंगोट हूँ देखो पजामा बातें कर रहा है पजामे ने तो आप ही बातें करनी है उदे नेफे जो जो नाला निकल गया है कड़िया तू नाला है हरकता तू लाश निकल गया कर देख बोतल लाओ तुसी लाओ मैं नहीं लानी अच्छा बोतल ओए ले आ बोतल तू ले आ बोतल तेरा ते परमिट भी बने है ਤੁਹਾਡਾ ਵੀ ਬਣਿਆ ਤੁਸੀਂ ਵੀ ਅੰਗਰੇਜ਼ ਹੋ ਅੰਗਰੇਜ਼ ਦਾ ਪੁੱਤਰ ਹੈ ਹਾਲੇ ਨਹੀਂ ਪਤਾ ਲੱਗਾ ਉਸ ਅੰਗਰੇਜ਼ ਦਾ ਤੂੰ ਵੀ ਅੰਗਰੇਜ਼ ਦਾ ਪੁੱਤਰ ਹੈ ਕਾਲੇ ਵੀ ਅੰਗਰੇਜ਼ ਹੀ ਹੁੰਦੇ ਨੇ ਤੇਰੇ ਪਿਓ ਨੇ ਗਾਲਾਂ ਕੱਢੀਆਂ ਸਨ ਉਹ ਬਦਲਾ ਲੈ ਗਏ ਸਨ ਤੂੰ ਤੇ ਹੈ ਜ਼ਲੀਲ ਸੁਣਾ ਜੀ ਬੋਤਲ ਮੈਂ ਵੀ ਮੋਟਰਸਾਈਕਲ ਤੇ ਲਾਤੀ ਜਾਓ ਤੁਸੀਂ ਮੋਟਰਸਾਈਕਲ ਤੇ ਜਾਓ ਤੇ ਨਾਲ ਜਾਣਾ ਤੁਸੀਂ ਆਪਣਾ ਪੈਨੋਰਮਾ ਸੈਂਟਰ ਔਰ ਲੈਦਰ ਕਲੱਬ ਵਾਲੇ ਕੋਲੋਂ ਫਸਟ ਕਲਾਸ ਦੀ ਜੈਕਟ ਵੀ ਲੈਣਾ ਹੈ ਜੀ ਹਾਂ ਲੈਦਰ ਕਲੱਬ ਆਪਕੇ ਲਈ ਆਪਕੇ ਬੱਚੋਂ ਕੇ ਲਈ ਪੜੰ ਪੜੰ ਔਰ ਉਹ ਜੈਕਟ ਬੇਵਾ ਵੀ ਇਸਤੇਮਾਲ ਕਰ ਸਕਦੀ ਹੈ ਕਹਿਰੋ ਮੈਂ ਜਾਣੇ ਦਾ ਮੈਂ ਕਿਹਾ ਜਲਦੀ ਜਲਦੀ ਮੋਟਰਸਾਈਕਲ ਤੇ ਬੈਠੋ ਫਿਰ ਐ ਲਕਸ਼ਮੀ ਚੌਂਕ ਮੈਂ ਲਾਣਾ ਹੈਦਰ ਪਾਨ ਵਾਲੇ ਕੋ ਪਾਨ ਖਾਵਾਂਗੇ ਰੋਕਦਾ ਨਹੀਂ ਭਾਵੇਂ ਮੋਟਰਸਾਈਕਲ ਉੱਤੇ ਚੜ ਜੇ ਮੋਟਰਸਾਈਕਲ ਆਈ ਨਹੀਂ ਉਹਨੇ ਨਸ਼ੇ 'ਚ ਕੁੱਤਾ ਸਟਾਰਟ ਕਰ ਲਿਆ ਉਹ ਤੇ ਚੱਲ ਨਸ਼ੇ 'ਚ ਤੇ ਤੂੰ ਸਟਾਰਟ ਕਿਉਂ ਹੋਇਆ ਕਿੱਡਾ ਬੇਵਕੂਫ ਹੈ ਕੋਲ ਆਪ ਹੈ ਇਹ ਬੇਡਰ ਸੈਸ਼ਨ ਹੈ ਉਹ ਸ਼ਿਕਾਰੀ ਹੈ ਬਸ ਫਿਰ ਘਰਦਿਆਂ ਨੂੰ ਪਹੁੰਚਾ ਮੈਂ ਸ਼ਿਕਾਰੀ ਹਾਂ ਬਹੁਤ ਮੈਚ ਕੁੱਤਾ ਵੀ ਤੂੰ ਦਫਾ ਕਰੋ ਇਹ ਕੰਮ ਹੀ ਕੁੱਤਾ ਹੈ ਤੂੰ ਤੇ ਇੰਨਾ ਹੋ ਗਿਆ ਤੈਨੂੰ ਸ਼ੇਰ ਤੇ ਕੁੱਤੇ 'ਚ ਪਛਾਣ ਹੀ ਨਹੀਂ ਹੈ ਤੂੰ ਸ਼ੇਰ ਹੀ ਆ ਪੈਨਾ ਸਾਈਕਲ ਆ ਲੈਣ ਨੂੰ ਹਾਂ ਪੌਣੇ 200 'ਚ ਪੈਨਾ ਮੈਂ ਤੁਸੀਂ ਕਿੰਨੇ ਚ ਪੈਂਦੇ ਚਲਾਓ ਮੋਟਰਸਾਈਕਲ ਦਵੇ ਸਲੈਂਸਰ ਤੇ ਬੰਦ ਨਹੀਂ ਆਵਾਜ਼ ਆਈ ਨਹੀਂ ਨਹੀਂ ਉਸ਼ਲ ਡਿੱਗੀ ਸੀ ਮੈਂ ਕਿਹਾ ਪੈਟਰੋਲ ਮੁੱਕਾ ਹੈ ਮੈਂ ਕਿਹਾ ਤੁਸੀਂ ਡੋਲਣ ਦੇ ਨਾਲ ਮੋਟਰਸਾਈਕਲ ਨਹੀਂ ਨਸਾ ਕੀਤਾ ਮੈਂ ਕਾਲ ਬੋਲਿਆ ਫੇਰ ਕੀ ਹੋਇਆ ਪੈਟਰੋਲ ਖਤਮ ਹੋ ਗਿਆ ਤੇ ਟੈਰੋ ਇੱਟ ਫੜ ਗਿਆ ਜਿੱਦ ਰੋਣੇ ਸਟਾਰਟ ਹੋਈ ਟੈਰੋ ਆ ਦਰਵਾਜ਼ਾ ਬੰਦ ਕਰ ਲੈਣਾ 100 ਪਿੱਛੇ ਕੁੱਤਾ ਬਿੱਲਾ ਵੜ ਜਾਂਦਾ ਹੈ
ਉਸ ਪੜ ਕੇ ਰੱਖੋ ਇਹ ਮਾਰੀਆ ਜੀ ਜੀ ਮਾਸ਼ਾਅੱਲਾ ਸੁਭਾਨੱਲਾ ਕਰੇਲੇ ਚ ਪਾਣਾ ਲਈ ਚਲੋ ਅੰਕਲ ਨੂੰ ਸਲਾਮ ਕਰੋ ਬਾਗੋ ਮੇ ਬੜੇ ਜੁਲੇ ਇਹ ਤੁਸੀਂ ਇਹਦਾ ਵਿਆਹ ਕਰਨ ਦੇ ਹੋ ਇਹ ਦੇ ਦੇ ਪੰਗੂੜੇ ਚੋਂ ਨਹੀਂ ਨਿਕਲਦੇ ਨਹੀਂ ਭਾਈ ਜੀ ਮੈਂ ਤੁਹਾਨੂੰ ਉੱਤੇ ਸਹੀ ਦੱਸਿਆ ਜੀ ਇਹ ਅਸਲ ਵਿੱਚ ਚੱਬਾ ਹੀ ਦੀ ਇੱਥੇ ਨਸ਼ੇ ਵਾਲੀ ਦਵਾਈ ਪਈ ਸੀ ਜੀ ਉਹ ਇਹਨੇ ਗਲਤੀ ਨਾਲ ਪੀ ਲਈ ਹੈ ਜੀ ऐसी लड़की नहीं जी इन्हें तो हले सिगरेट भी नहीं शुरू की थे मेरा मतलब जी बड़ी अच्छी लड़की है जी अंकल हम आपसे शर्मिंदा है मैं कहता कि कल आ जाना भाई जी तुसी कल आ जाना कल आए मंजू बाजा मंजू बाजा बजी मेरे कतर पे लग गए ये पंजू बाजा तो पंजी बने आई कतर के वे हो गए जी अते